ਹਾਂਜੀ, ਅੱਜ ਪਿੰਡ ਗੰਗਾ ਪਹੁੰਚੇ ਸੀ ਅਤੇ ਉੱਥੇ ਖਿਡਾਰੀ ਵੀਰ ਵੀ ਇਕੱਠੇ ਹੋਏ ਆ ਅਤੇ ਜਾਂਦੇ ਜਾਂਦੇ ਬਾਈ ਜੀ ਗੁਰਪ੍ਰੀਤ ਨੇ ਸਾਨੂੰ ਆਵਾਜ਼ ਮਾਰ ਕੇ ਕੁਛ ਬਾਜ਼ੀਆਂ ਦਾ ਜਿਹੜੀਆਂ ਆਪਣੇ ਪੰਜਾਬ ਦੇ ਵਿੱਚ ਬਾਜ਼ੀਆਂ ਹੁੰਦੀਆਂ ਉਹਨਾਂ ਦੀਆਂ ਆਪਾਂ ਐਂਟਰੀਆਂ ਲੈਂਦੇ ਹਾਂ, ਉਹਦੇ ਬਾਰੇ ਕੁਛ ਵੀਰਾਂ ਦੇ ਵਿਚਾਰ ਹੈ, ਜ਼ਰੂਰ ਤੁਸੀਂ ਸੁਣੋ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਬਾਈ ਜੀ, ਗੁਰਪ੍ਰੀਤ ਨਾਲ ਕੀ ਵਿਚਾਰ ਰੱਖਣਾ ਚਾਹੁੰਦੇ ਜਿਹੜੀਆਂ ਬਾਜ਼ੀਆਂ ਕਲੱਬਾਂ 'ਚ ਹੁੰਦੀਆਂ ਅਤੇ ਪੈਸੇ ਪਹਿਲਾਂ ਲੈ ਲੈਂਦੇ ਆ? ਇੱਕ ਤਾਂ ਇਹ ਗੱਲ ਹੈ ਜੀ, ਸਭ ਤੋਂ ਵੱਡੀ ਜਿਹੜੇ ਆਪਾਂ ਬਾਜ਼ੀਆਂ ਦੀ ਐਂਟਰੀ ਲੈਂਦੇ ਹਾਂ ਜੀ, ਕਮ ਸੇ ਕਮ ਜੇ ਆਪਾਂ 5,000 ਦੀ ਐਂਟਰੀ ਵਾਲੀ ਬਾਜ਼ੀ ਕਰਾਉਂਦੇ ਹਾਂ, ਵੱਧ ਤੋਂ ਵੱਧ ਜ਼ਰੂਰੀ ਨਹੀਂ ਹੁੰਦਾ ਵੀ ਉਹਦਾ 5,000 ਹੀ ਲੈਣਾ, ਆਪਾਂ ਉਸ ਬਾਜ਼ੀ ਦਾ 500 ਵੀ ਲੈ ਸਕਦੇ, ਦੂਜਾ 4,500 ਉਹਦੇ ਵੀ ਲੈ ਸਕਦੇ। ਜੇ ਆਪਾਂ ਨੂੰ ਇਹ ਲੱਗਦਾ ਵੀ 500 ਵਾਲਾ ਜਾਂ ਇਸ ਕਿਸੇ ਵੀ ਕਲੱਬ ਨੂੰ ਲੱਗਦਾ ਵੀ ਇਹਨੇ 500 ਦੇ ਕੇ ਐਂਟਰੀ ਨਹੀਂ ਕਰਾਉਣੀ, ਕਮ ਸੇ ਕਮ ਇੱਕ ਰੂਲ ਹੋਵੇ ਪੰਜਾਬ ਦੇ ਵਿੱਚ ਬਿਜ਼ਨਸ ਕਲੱਬ ਵਾਲਿਆਂ ਦਾ ਵੀ ਉਹ ਜਿਹੜੀ ਮਾਰਚ 'ਚ ਐਂਟਰੀਆਂ ਫੜ, ਸਭ ਤੋਂ ਵੱਡੀ ਗੱਲ ਵੀ ਜਿਹੜੀ ਆਪਾਂ ਸਾਲ ਪਹਿਲਾਂ ਇੰਨੇ ਪੈਸੇ ਇਕੱਠੇ ਕਰ ਦਿੰਦੇ ਹਾਂ, ਮੰਨ ਲਓ ਇੱਕ ਉਹ ਆਪਣੇ ਕਬੂਤਰ ਵਾਲੇ ਦੇ ਪੈਸੇ ਕਿਸੇ ਕੋਲ 10,00,000, ਕਿਸੇ ਕੋਲ 8,00,000, ਕਿਸੇ ਕੋਲ 9,00,000 ਐਂਟਰੀਆਂ ਦਾ ਇਕੱਠਾ ਹੋ ਜਾਂਦਾ, ਉਹ ਕਿਸੇ ਗਲਤ ਵਿਊ ਦੇ ਵਿੱਚ ਵਰਤਿਆ ਜਾਵੇ ਜਾਂ ਉਹ 9,00,000 ਰੁਪਏ ਨੂੰ ਕੋਈ ਇਹੋ ਜਿਹੇ ਬੰਦੇ ਦੇ ਹੱਥ ਚੜ੍ਹ ਜਾਵੇ ਵੀ ਉਹ ਕਿਸੇ ਗਲਤ ਥਾਂ 'ਤੇ ਯੂਜ਼ ਹੋ ਜਾਵੇ ਉਹ ਪੈਸਾ, ਅਤੇ ਆਪਣੇ ਕਬੂਤਰਬਾਜ਼ੀ ਦਾ ਬਹੁਤ ਹੀ ਇਹ ਵੱਡਾ ਨੁਕਸਾਨ ਹੋ ਜੂਗਾ, ਅਤੇ ਫਿਰ ਆਪਾਂ ਕੋਰਟ ਕਚਹਿਰੀਆਂ ਜਾਂ ਥਾਣੇ ਤੁਰੇ ਫਿਰੀਏ ਗੇਮ ਨੂੰ ਲੈ ਕੇ ਆਪਣੀ ਨੂੰ, ਇਹ ਆਉਣ ਵਾਲਾ ਭਵਿੱਖ ਇਸ ਲਈ ਬਹੁਤ ਖਤਰਨਾਕ ਹੈ। ਅਤੇ ਦੂਸਰੀ ਮੇਰੀ ਜਿਹੜੀ ਆਪਦੀ ਮਨ ਦੀ ਇੱਛਾ ਹੈ ਇਹ ਹੈ ਵੀ ਜਿਹੜੀ ਆਪਾਂ ਮੁੱਢ ਕਰਦੇ ਹਾਂ ਜਾਂ ਵਾਧੇ ਵਾਲਾ ਸਿਸਟਮ ਕਰਦੇ, ਉਹ ਮੈਂ ਕੈਮਰੇ ਦੇ ਕੇ ਕਹਿਣਾ ਨਹੀਂ ਚਾਹੁੰਦਾ ਵੀ ਆਪਾਂ ਕੀ ਇਹ ਸਿਸਟਮ ਕਰਦੇ ਹਾਂ, ਪਰ ਜਿਹੜਾ ਉਹ ਸਿਸਟਮ ਹੈ ਮੁੱਢ ਇੱਕ ਹੀ ਚਾਹੀਦਾ, ਤੁਸੀਂ ਉਹ ਜਿੰਨਾ ਮਰਜ਼ੀ ਕਰ ਲਓ, ਜਿਹੜਾ ਵਾਧੇ ਵਾਲਾ ਇਹ ਆਪਾਂ ਹੋਰ ਪਾਸੇ ਇਸ ਗੇਮ ਨੂੰ ਦਿਸ਼ਾ 'ਚ ਲੈ ਜਾਂਦੇ ਹਾਂ। ਅਤੇ ਮੈਂ ਤਾਂ ਇਹੀ ਸਾਰੇ ਕਲੱਬਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ ਮੁੱਢ ਇੱਕ ਰੱਖੋ, ਇੱਕ ਨਾ ਹੀ ਬਾਜ਼ੀਆਂ ਕਰਾਓ, ਚਲੋ ਜਿੰਨੀ ਗੇਮ ਸੀਮਤ ਰਹੂਗੀ, ਜ਼ਰੂਰੀ ਨਹੀਂ ਹੁੰਦਾ ਵੀ ਬਾਹਲਾ ਪੈਸਾ ਤਾਂ ਉਹ ਗੇਮ ਬਹੁਤ ਉੱਚੀ ਹੋ ਜਾਂਦੀ ਹੈ, ਸ਼ਾਇਦ ਅੱਜ ਦੇ ਜਿਹੜੇ ਹਾਲਾਤ ਹੈ ਜਿੰਨੀ ਆਪਾਂ ਗੇਮ ਨੂੰ ਪੈਸੇ 'ਚ ਤਾਂ ਲੈ ਕੇ ਜਾਂਦੇ ਉਹ ਗੇਮ ਸਾਰਾ ਗਰਾਊਂਡ ਲੈਵਲ 'ਤੇ ਉਹ ਘੱਟਦੀ ਜਾ ਰਹੀ, ਕਿਉਂਕਿ ਮਾੜੇ ਬੰਦੇ ਦੇ ਵੱਸੋਂ ਬਾਹਰ ਹੁੰਦੀ ਜਾਂਦੀ ਗੇਮ, ਜ਼ਰੂਰੀ ਨਹੀਂ ਸ਼ੌਂਕ ਵੱਡੇ ਨਹੀਂ ਕਰਨਾ, ਗਰੀਬ ਨੂੰ ਵੀ ਓਨਾ ਹੀ ਸ਼ੌਂਕ ਹੈ ਜਿੰਨਾ ਅਮੀਰ ਨੂੰ ਹੈ। ਉਹ ਹਰ ਇੱਕ, ਮੈਂ ਚਾਹੁੰਦਾ ਵੀ ਮੁੱਢ ਨੂੰ ਸੀਮਤ ਰੱਖ ਕੇ ਅਤੇ ਹਰ ਇੱਕ ਬੰਦਾ ਜਿਹੜਾ ਇਸ ਵਰਗ ਦੇ ਵਿੱਚ ਕੰਪੀਟੀਸ਼ਨ ਹਿੱਸਾ ਲੈ ਸਕੇ। ਹੋਰ ਤੁਸੀਂ ਮੇਰਾ ਸੁੱਖਾ ਵੀਰ ਹੈ ਰੋਬਨ, ਹਾਂਜੀ ਰੋਬਨ ਜੀ, ਤੁਹਾਡਾ ਕੀ ਵਿਚਾਰ? ਅਸੀਂ ਇਹ ਹੈ ਜੀ, ਬਾਜ਼ੀਆਂ ਥੋੜ੍ਹੀਆਂ ਛੱਡ ਲਓ ਪਰ ਵਧੀਆ ਛੱਡੋ, ਅਤੇ ਵਧੀਆ ਕਰਾਓ, ਇਹ ਨਹੀਂ ਮੈਂ 8 ਕਰਾਤੀਆਂ ਜਾਂ 10 ਕਰਾ ਦੀਆਂ ਬਾਈ, ਜਿਵੇਂ ਆ ਕਿਲਾ ਰਾਏਪੁਰ ਵਾਲੇ ਕਰਾਉਂਦੇ ਆ, ਇਹ ਅੱਗੇ ਇੱਕ ਹੀ ਕਰਾਉਂਦੇ ਸੀ ਅਤੇ ਇੱਕ ਦਾ ਹੀ ਸਾਰੇ ਪੰਜਾਬ 'ਚ ਨਾਂ ਸੀਗਾ, ਉਵੇਂ ਫਿਰ ਬਾਜ਼ੀਆਂ ਘੱਟ ਕਰਾ ਲਓ ਪਰ ਵਧੀਆ ਕਰਾਓ। ਕਬੂਤਰ ਵੀ ਮੇਰੇ ਹਿਸਾਬ ਨਾਲ ਤਾਂ 17 ਤੋਂ ਵੱਧ ਨਹੀਂ ਹੋਣੇ ਚਾਹੀਦੇ, ਕਿਉਂਕਿ ਜੇ ਕਬੂਤਰ 100 ਹੋ ਜਾਂਦਾ, ਇਹਨਾਂ ਦਾ ਤਾਂ ਪ੍ਰਬੰਧ ਬਹੁਤ ਜ਼ਿਆਦਾ ਹੁੰਦਾ, ਹਰੇਕ ਬੰਦਾ ਨਹੀਂ ਉਹਨਾਂ ਪ੍ਰਬੰਧ ਕਰ ਸਕਦਾ ਵੀ ਕਿਲਾ ਰਾਏਪੁਰ ਨੂੰ, ਵੀ ਜੇ ਕਿਲਾ ਰਾਏਪੁਰ 100 ਹੈ ਤਾਂ ਮੈਂ ਕਹਾਂ ਮੈਂ ਆਪਦੇ ਪਿੰਡ 'ਤੇ ਵੀ 100 ਛੜਾ ਕੇ ਹੀ ਉਹਦੀ ਜਿੱਤ ਹਰ ਕਰਾ ਦੂੰਗਾ, ਉਹਦੇ 'ਚ ਕਈ ਗਲਤ ਕੰਮ ਹੋ ਜਾਂਦੇ ਆ, ਨਾ ਚਾਹੁੰਦੇ ਹੋਵੇ ਕਿ ਕਬੂਤਰ ਪਾਸੇ ਬਹਿ ਕੇ ਆ ਜਾਂਦਾ ਜਾਂ ਟਾਈਮ 'ਚ ਪਹਿਲਾਂ ਕੱਟਿਆ ਜਾਂਦਾ ਜਾਂ ਟਾਈਮ ਵੱਧ ਲੈ ਜਾਂਦਾ ਕੋਈ ਕਬੂਤਰ, ਜਿਵੇਂ ਕਿ ਇੱਕ ਘੜੀ 'ਚ ਸ਼ਾਮਿਲ ਹੋ ਜਾਂਦਾ ਉਹ, ਪਹਿਲੀ ਘੜੀ 'ਚ ਰੰਗ ਮਿਲਦੇ ਹੁੰਦੇ ਆ 12 ਵਜੇ, ਨਹੀਂ ਕਬੂਤਰ ਦੀ ਪਛਾਣ ਆਉਂਦੀ ਹੁੰਦੀ, ਐਂਡ 'ਤੇ ਜਾ ਕੇ ਪਤਾ ਲੱਗਦਾ, ਉਹ ਬਾਅਦ 'ਚ ਲੋਕ ਗੱਲਾਂ ਕਰਦੇ ਵੀ ਇਹ ਕਬੂਤਰ ਉੱਥੇ ਪਏ ਸੀ ਬੈਠਾ ਵੇਖਿਆ ਜਾਂ ਇਹ ਪਾਣੀ ਪੀ ਕੇ ਆ ਗਿਆ, ਉਹਦੇ ਨਾਲ ਪਹਿਲਾਂ ਹੀ 60-70 ਕਬੂਤਰ ਹੋਣ, ਜ਼ਿਆਦਾ ਕਬੂਤਰ ਨਾ ਹੋਣ, ਕੋਈ ਬਾਜ਼ੀ ਭਲਾ ਕੋਈ ਇੱਕ ਅੱਧੀ 100 ਵਾਲੀ ਹੋ ਸਕਦੀ ਹੈ, ਇਹ ਨਹੀਂ ਵੀ ਹਰੇਕ ਬਾਜ਼ੀ 100 ਕਬੂਤਰ ਹੋਊਗਾ ਅਤੇ ਉਹ ਸਹੀ ਹੋਊਗੀ। ਥੈਂਕ ਯੂ ਜੀ, ਤੁਹਾਡਾ ਕਲੱਬ ਦਾ ਬਹੁਤ ਵੱਡਾ ਨਾਂ ਹੈ ਜੀ ਕਿਲਾ ਰਾਏਪੁਰ, ਤੁਹਾਡਾ ਕੀ ਵਿਚਾਰ ਹੈ? ਸਤਿ ਸ਼੍ਰੀ ਅਕਾਲ ਜੀ ਸਾਰੇ ਕਬੂਤਰ ਬਾਈ ਭਰਾਵਾਂ ਨੂੰ, ਗੁਰਪ੍ਰੀਤ ਬਾਈ ਆਪਣੇ ਰੋਬਨ ਬਾਈ ਨੇ ਵਧੀਆ ਗੱਲਾਂ ਕਰੀਆਂ, ਅਸੀਂ ਵੀ ਇਹਨਾਂ ਗੱਲਾਂ ਨਾਲ ਸਹਿਮਤ ਹਾਂ ਜੀ ਸਾਰੀਆਂ ਗੱਲਾਂ ਨਾਲ, ਸਾਡੇ ਵੀ ਪਹਿਲਾਂ ਐਂਟਰੀ ਜ਼ਿਆਦਾ ਹੁੰਦੀ ਸੀਗੀ ਵੀ ਉਹ ਘਟਾਈਏ, ਅਸੀਂ ਇਨਾਮ ਆ ਜਿਹੜੇ ਉਵੇਂ ਬਰਕਰਾਰ ਰੱਖੀਏ, ਸਾਡੇ ਕਲੱਬ ਦੀਆਂ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਨੇ, ਅਸੀਂ ਗੱਲਬਾਤ ਕਰਦੇ ਰਹਿੰਦੇ ਹਾਂ, ਜਿਵੇਂ ਪਿਛਲੇ ਸਾਲ 170 ਕਬੂਤਰ ਸੀਗੇ, ਸਾਨੂੰ ਲੱਗਿਆ ਵੀ ਸਾਨੂੰ ਲੋਕ ਭਾਵੇਂ ਕਹਿਣ ਵਧੀਆ ਜਾਂ ਘਟੇ, ਸਾਨੂੰ ਵਧੀਆ ਹੀ ਲੱਗੀ ਸਾਡੀ ਬਾਜ਼ੀ ਕਿਲਾ ਰਾਏਪੁਰ ਵਾਲੀ, ਇਸ ਵਾਰ 170 ਕਬੂਤਰ ਸੀਗੇ ਅਤੇ ਕੋਈ ਸਾਨੂੰ ਵਧੀਆ ਹੀ ਲੱਗਿਆ ਵੀ ਹਾਂ ਲੋਕਾਂ ਦਾ ਰੌਲਾ ਰੌਲਾ ਬਹੁਤ ਪਿਆ, ਇਸ ਵਾਰ ਅਸੀਂ ਕਬੂਤਰ ਵੀ ਘਟਾਵਾਂਗੇ, 100 ਤੋਂ ਥੱਲੇ ਲੈ ਕੇ ਆਵਾਂਗੇ ਕਬੂਤਰ ਵੀ, ਅਤੇ ਆਪਣਾ ਕਬੂਤਰ ਤਾਂ ਅਸੀਂ ਘਟਾਉਣੇ ਘਟਾਉਣੇ, ਅਤੇ ਐਂਟਰੀਆਂ ਦਾ ਜਿਹੜਾ ਐਂਟਰੀਆਂ ਦਾ ਮਸਲਾ ਵੀ ਹਾਂ ਐਂਟਰੀਆਂ ਪਹਿਲਾਂ ਫੜਦੇ ਹਾਂ, ਉਹ ਇਸ ਵਾਰ ਅਸੀਂ ਐਂਟਰੀਆਂ ਵੀ ਮੌਕੇ 'ਤੇ ਫੜਾਂਗੇ, ਸਾਰੇ ਜਿਹੜੀਆਂ ਵੀ ਅਸੀਂ ਐਂਟਰੀਆਂ ਫੜਦੇ ਹਾਂ ਇਸ ਵਾਰ ਮੌਕੇ 'ਤੇ ਐਂਟਰੀਆਂ ਫੜਾਂਗੇ, ਅਤੇ ਫੋਨ ਕਰਕੇ ਜਿਹੜੇ ਵੀ ਭਰਾਵਾਂ ਦੀਆਂ ਐਂਟਰੀਆਂ ਕਰਨੀਆਂ ਤੁਸੀਂ ਫੋਨ ਕਰਕੇ ਐਂਟਰੀਆਂ ਕਰਾਂਗੇ, ਮੈਂ ਹੋਰ ਵੀ ਸਾਰੇ ਕਲੱਬਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਇਸੇ ਤਰ੍ਹਾਂ ਹੀ ਮੌਕੇ 'ਤੇ ਐਂਟਰੀਆਂ ਫੜੋ, ਨਾਲੇ ਤਾਂ ਜਿਹੜੇ ਵੀਰ ਭਾਈ ਕਬੂਤਰਬਾਜ਼ ਭਰਾ ਨੇ ਆਪਣੇ ਉਹਨਾਂ ਨੂੰ ਐਂਟਰੀ ਕਰਾਉਣ 'ਤੇ ਪ੍ਰੋਬਲਮ ਨਹੀਂ ਆਉਂਦੀ ਹੈਗੀ, ਕਈ ਵਾਰ ਫਰੋਡ ਬੰਦੇ ਨੇ ਐਂਟਰੀਆਂ ਲੈ ਕੇ ਮੁੱਕਰ ਜਾਂਦੇ ਨੇ, ਭੱਜ ਜਾਂਦੇ ਨੇ, ਕੋਈ ਜਿਵੇਂ ਵੀ ਹੋਵੇ ਉਹਨਾਂ ਚੀਜ਼ਾਂ ਤੋਂ ਬਚਾ ਲੈਣਾ। ਤੁਹਾਡਾ ਵੀ ਨੈਬ ਜੀ ਕੋਈ ਵਿਚਾਰ ਆਪਣੇ, ਤੁਹਾਡਾ ਵੀ ਕਲੱਬ ਹੈ? ਹਾਂਜੀ ਬਾਈ ਜੀ, ਸਾਡਾ ਵੀ ਕਲੱਬ ਆ, ਪਹਿਲਾਂ ਕਲੱਬ ਦੇ ਬਾਰੇ ਜਾਣਕਾਰੀ ਦਿਓ, ਕਿਹੜੇ ਨਾਂ 'ਤੇ ਕਿਹੜਾ ਕਲੱਬ? ਸਾਡਾ ਜੀ
ਪਿਛਲੀ ਵਾਰੀ ਵੀ ਅਸੀਂ ਤਿੰਨ ਬਾਜ਼ੀਆਂ ਕਰਾਈਆਂ ਕਣਤਾ ਖਿੜਕੀਆਂ ਵਾਲਾ ਗਰੁੱਪ ਵੱਲੋਂ ਅਸੀਂ ਤਿੰਨ ਬਾਜ਼ੀਆਂ ਕਰਾਉਂਦੇ ਹਾਂ, ਤਿੰਨ ਹੀ ਅਗਾਂਹ ਨੂੰ ਕਰਾਉਣੀਆਂ ਸੀ, 2500 ਰੁਪਈਆ ਐਂਟਰੀ ਰੱਖੀ ਆ। ਅਤੇ ਅਸੀਂ ਜਿਹੜੀ ਐਂਟਰੀ ਆ, ਜਿਵੇਂ ਭਾਈ ਰੋਮਨ ਨੇ ਦੱਸਿਆ, ਭਾਈ ਗੁਰਪ੍ਰੀਤ ਨੇ, ਗੋਖੀ ਨੇ, ਵੀ ਅਸੀਂ ਅੱਧ ਮਾਰਚ ਤੋਂ ਬਾਅਦ ਬਾਅਦ ਐਂਟਰੀਆਂ ਫੜਾਂਗੇ। ਉਸ ਤੋਂ ਬਾਅਦ ਅਸੀਂ ਤਿੰਨ ਬਾਜ਼ੀਆਂ ਭਾਈ ਕੌਰੇ ਹੁਣੀ ਕਰਾਉਂਦੇ ਹੁੰਦੇ ਆ, 1700 ਰੁਪਈਏ ਐਂਟਰੀ ਵਾਲੀਆਂ। ਉਹ ਜਦੋਂ ਉਹ ਬਾਜ਼ੀਆਂ ਸਟਾਰਟ ਹੋ ਗਈਆਂ, ਵੀ ਜਾਂ ਦੂਜੀ ਬਾਜ਼ੀ 'ਤੇ ਜਾਂ ਲਾਸਟ ਵਾਲੀ ਬਾਜ਼ੀ 'ਤੇ, ਉਹ ਬਾਜ਼ੀਆਂ ਸਟਾਰਟ ਹੋਣ ਤੋਂ ਪਹਿਲਾਂ ਵੀ ਚੱਲਦੀਆਂ ਬਾਜ਼ੀਆਂ ਦੇ ਵਿੱਚ ਹੀ ਐਂਟਰੀਆਂ ਫੜਾਂਗੇ, ਕਿਉਂਕਿ ਕਿਸੇ ਨੂੰ ਵੀ ਮਹਿਸੂਸ ਨਾ ਹੋ ਸਕੇ ਵੀ ਅਸੀਂ ਇੰਨੇ ਚਿਰ ਦੇ ਪੈਸੇ ਦਿੱਤੇ। ਜਾਂ ਉਹਨਾਂ 'ਚ ਅਕਸਰ ਹੀ ਗੱਲਾਂ ਕਰਨ ਨੂੰ ਆ ਜਾਂਦੀਆਂ ਵੀ ਇਹਨੇ 2 ਲੱਖ ਰੁਪਈਆ ਕਰ ਲਿਆ, ਜਾਂ ਕੋਈ 10 ਲੱਖ ਰੁਪਈਆ ਕਰ ਲਿਆ, ਵੀ ਉਹਦਾ ਵਿਆਜ ਕਿੱਥੇ ਜਾਂਦਾ ਜੀ? ਉਹ ਇੱਕ ਗੱਲਾਂ ਕਹਿਣ ਦੀਆਂ ਹੁੰਦੀਆਂ ਵੀ ਅਸੀਂ ਵਿਆਜ ਦਿੰਦੇ, ਕੋਈ ਬੰਦਾ ਵਿਆਜ ਨਹੀਂ ਦਿੰਦਾ। ਇੰਨਾ ਕੀ ਹੁੰਦਾ ਵੀ ਉਹ ਸਮੇਤ ਜਿਹੜੇ ਆਪਣੇ ਲੋਕਾਂ ਦੇ ਭਰਾਵਾਂ ਦੇ ਪੈਸੇ ਇਕੱਠੇ ਕੀਤੇ ਹੁੰਦੇ ਆ, ਉਹ ਹੀ ਸਹੀ ਬਾਜ਼ੀ 'ਤੇ ਦਿੱਤੇ ਜਾਣ। ਅਤੇ ਇੰਨੇ 'ਚ ਹੀ ਬਹੁਤ ਧੰਨਵਾਦ ਹੁੰਦਾ ਉਹਨਾਂ ਵੀਰਾਂ ਦਾ ਜਿਹੜੇ ਬਾਜ਼ੀਆਂ ਕਰਾਉਂਦੇ ਆ, ਕੋਈ ਵਿਆਜ ਵੂਜ ਨਹੀਂ ਦਿੰਦਾ, ਕਿਉਂਕਿ ਕੁੱਲ ਬੰਦੇ ਨੂੰ ਔਖਾ, ਕੁੱਲ ਬੰਦਾ ਹਰੇਕ ਕਲੱਬ ਦੇ ਵਿੱਚ ਐਂਟਰੀ ਕਰਾਉਣੀ ਚਾਹੁੰਦਾ, ਛੋਟੇ ਤੋਂ ਛੋਟਾ ਖਿਡਾਰੀ ਵੱਡੇ ਤੋਂ ਵੱਡਾ ਵੀ 10 ਤੋਂ 20 ਐਂਟਰੀਆਂ ਭਰਦਾ। ਉਹਨੂੰ ਜਦੋਂ ਆਪਾਂ ਅੱਜ ਕੱਲ੍ਹ ਪੈਸੇ ਕਿਸੇ ਦੇ 3000, ਕਿਸੇ 10000, ਕਿਸੇ 2000 ਰੁਪਈਆ, ਇਹ ਤੁਸੀਂ ਹਿਸਾਬ ਲਾ ਲਓ ਜੀ ਵੀ ਕਿੰਨੇ ਪੈਸੇ ਇਕੱਠੇ ਹੋ ਜਾਂਦੇ ਆ, ਮਜਬੂਰਨ ਉਹਨੂੰ ਦੇਣੇ ਪੈਂਦੇ ਆ। ਅਤੇ ਇਸ ਕਰਕੇ ਆਪਾਂ ਸਾਰੇ ਵੀਰਾਂ ਦੇ ਜਿੰਨੇ ਵੀ ਬਾਜ਼ੀਆਂ ਕਰਾਉਂਦੇ ਹੱਥ ਬੰਨ੍ਹ ਕੇ ਬੇਨਤੀ ਇਹੀ ਆ ਵੀ ਮਾਰਚ ਦੇ ਮਹੀਨੇ 'ਚ ਐਂਟਰੀਆਂ ਲੈ ਲਓ, ਚਲੋ 2 ਕੁ ਮਹੀਨੇ ਰਹਿ ਜਾਂਦੇ ਆ ਉਦੋਂ ਬਾਜ਼ੀਆਂ ਦੇ ਵਿੱਚ, ਅਗਲੇ ਨੂੰ ਵੀ ਸੌਖਾ ਹੋ ਜਾਂਦਾ ਅਤੇ 70 ਕਬੂਤਰ ਹੋਣ ਬਾਜ਼ੀ ਦੇ ਵਿੱਚ ਵੀ ਕੋਈ ਆਪਣੇ ਤੋਂ ਉਂਗਲ ਨਾ ਕਰ ਸਕੇ, ਹੋ ਜਾਂਦੀਆਂ ਕਿੰਤੂ ਪ੍ਰੰਤੂ ਕਿਸੇ ਦੇ ਵੀ ਉਹਨੂੰ ਪਤਾ ਹੁੰਦਾ ਬੰਦੇ ਕੋਲ ਇੰਨੇ ਬੱਚੇ, ਹਾਂ ਸਾਰਿਆਂ ਨੂੰ ਸੈੱਟ ਹੋ ਜਾਂਦਾ ਜੀ, ਉਹਨੂੰ ਪਤਾ ਹੁੰਦਾ ਮੈਂ ਇੰਨੀ। ਲਓ ਜੀ ਅੱਜ ਜਿਵੇਂ ਕਹਿੰਦੇ ਹਠਾੜ 'ਚੋਂ ਬਾਜ਼ੀ ਚੱਲੀ ਸੀ ਅਤੇ ਅੱਜ ਹਠਾੜ ਵਾਲੇ ਵੀਰਾਂ ਨੇ ਇਹ ਮੁੱਦਾ ਚੁੱਕਿਆ, ਬਾਈ ਜੀ ਰਾਹੁਲ ਦੀ ਇੰਟਰਵਿਊ ਕਰਨ ਆਏ ਸੀ, ਸਾਰੇ ਵੀਰ ਇਕੱਠੇ ਹੋਏ ਸੀ, ਇਹਨਾਂ ਨੇ ਅੱਜ ਜਿਹੜਾ ਐਂਟਰੀ ਦਾ ਮੁੱਦਾ ਚੁੱਕਿਆ, ਬਹੁਤ ਸੋਹਣੀ ਗੱਲ ਹੈ ਜਿਹੜੀ ਸ਼ੁਰੂਆਤ ਕੀਤੀ ਇਹਨਾਂ ਨੇ, ਬੜੀ ਵਧੀਆ ਲੱਗੀ ਸਾਨੂੰ ਵੀ। ਅਤੇ ਬਾਕੀ ਵੀਰਾਂ ਦਾ ਵੀ ਰਾਇ ਪੁੱਛ ਲਓ, ਸਾਰੇ ਆਪਣੇ ਖਿਡਾਰੀ ਵੀਰ ਹੀ ਬੈਠੇ, ਤੁਸੀਂ ਸਹਿਮਤ ਹੋ ਵੀਰ ਜੀ ਇਸ ਗੱਲ ਨਾਲ? ਬਿਲਕੁਲ ਜੀ, ਹੋਣੀ ਚਾਹੀਦੀ ਐਂਟਰੀ, ਬਾਅਦ 'ਚ ਲੈਣੀ ਚਾਹੀਦੀ ਹੈ, ਮਾਰਚ ਦੇ ਮਹੀਨੇ ਬਾਅਦ 'ਚ ਲੈਣੀ ਚਾਹੀਦੀ। ਤੁਸੀਂ ਵੀ ਇੱਧਰ ਵੀ ਖਿਡਾਰੀ ਵੀਰ ਬੈਠੇ ਆ, ਸਹਿਮਤ ਹੋ ਜੀ ਤੁਸੀਂ? ਹਾਂਜੀ 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 ਬਿਲਕੁਲ ਸਹਿਮਤ ਹਾਂ ਜੀ। ਹਾਂਜੀ ਕੋਈ ਵੀ ਬੰਦਾ ਕੋਈ ਵੀ ਹੈ ਜੀ, ਚਾਹੇ ਕਿਸੇ ਮਤਲਬ ਕਿਸੇ ਵੀ ਕਲੱਬ ਦੀ ਆਪਣੀ ਗੇਮ ਤਾਂ ਜਾਊਗੀ, ਕੋਈ ਵੀ ਬੰਦਾ ਜੇ ਕਿਸੇ ਦੀ ਕਲੱਬ 'ਚ ਐਂਟਰੀ ਹੈ, ਪੈਸੇ ਨਾ ਦਿਓ ਆਖ ਬਈ ਮੈਂ ਨਹੀਂ ਕਰਾਉਂਦਾ, ਮੈਂ ਤਾਂ ਪੈਸੇ ਉਦੋਂ ਦੇ। ਹਾਂਜੀ ਹਾਂਜੀ ਸਹੀ ਸਹੀ ਹੈ, ਠੀਕ ਹੈ ਜੀ। ਕੋਈ ਆਪਣਾ ਵਿਚਾਰ ਰਾਹੁਲ ਜੀ ਦਾ, ਤੁਸੀਂ ਕੋਈ ਕਹਿਣਾ ਚਾਹੋ? ਵੱਡੇ ਭਰਾਵਾਂ ਨੇ ਜਿਹੜੀ ਗੱਲ ਕਹੀ ਹੈ, ਸਹਿਮਤ ਹੈ ਜੀ ਉਹਨਾਂ ਨਾਲ, ਅਤੇ ਮੇਨ ਤਾਂ ਇਹੀ ਹੈ ਜੀ ਹਰ ਇੱਕ ਬੰਦਾ ਆਪਦਾ ਸ਼ੌਂਕ ਪੂਰਾ ਕਰ ਸਕੇ, ਇੰਨੇ ਕੁ ਤਾਂ ਮੁੱਢ ਹੋਵੇ ਅਤੇ ਮੌਕੇ 'ਤੇ ਪੈਸੇ ਲਏ ਜਾਣ, ਤਾਂ ਕਿ ਜੋ ਵੀ ਕਲੱਬਾਂ ਦੇ ਵਿੱਚ ਕਿੰਤੂ ਪ੍ਰੰਤੂ ਹੁੰਦੀ ਆ ਉਹ ਵੀ ਹਟ ਜੇ ਅਤੇ ਆਪਣਾ ਸ਼ੌਂਕ ਵਧੀਆ ਚੱਲਦਾ ਰਹੇ, ਬਸ ਇਹੀ ਬੇਨਤੀ ਹੈ ਜੀ। ਲਓ ਜੀ ਆਪਾਂ ਬਾਈ ਜੀ ਗੁਰਪ੍ਰੀਤ ਦੀ ਜਿਹੜੀ ਆਵਾਜ਼ ਹੈ, ਇਹਨਾਂ ਨੇ ਜਿਹੜਾ ਮੁੱਦਾ ਚੁੱਕਿਆ, ਜਿਹੜਾ ਐਂਟਰੀਆਂ ਜਿਹੜੀਆਂ ਪਹਿਲਾਂ ਲਈਆਂ ਜਾਂਦੀਆਂ, ਪੈਸੇ ਪਹਿਲਾਂ ਇਕੱਠੇ ਕੀਤੇ ਜਾਂਦੇ ਆ, ਇਹਨਾਂ ਦਾ ਆਪਾਂ ਸਾਥ ਦੇਈਏ ਵੀਰ ਦਾ, ਤਾਂ ਕਿ ਆਉਣ ਵਾਲੇ ਜਿਹੜੇ ਅਗਲੇ ਸਾਲ ਦੀਆਂ ਬਾਜ਼ੀਆਂ, ਉਹ ਜਿਹੜੀਆਂ ਐਂਟਰੀਆਂ ਮੌਕੇ 'ਤੇ ਜਾਂ ਮਾਰਚ ਦੇ ਮਹੀਨੇ ਜਾਂ ਅਪ੍ਰੈਲ ਦੇ ਮਹੀਨੇ ਸਟਾਰਟ ਹੋਣ, ਅਤੇ ਸਾਰੇ ਵੀਰ ਦਾ ਸਾਥ ਦਿਓ। ਅੱਜ ਬੜੀ ਵਧੀਆ ਗੱਲ ਕੀਤੀ ਹੈ ਬਾਈ ਗੁਰਪ੍ਰੀਤ ਨੇ, ਜਿਨ੍ਹਾਂ ਦੇ ਫਾਦਰ ਸਾਹਿਬ ਆਪਣੇ ਜਗਨੰਦਨ ਸਿੰਘ ਵਿੜਿੰਗ, ਇਹਨਾਂ ਦਾ ਵਿੜਿੰਗ ਪਿੰਡ ਹੈ, ਬਹੁਤ ਵਧੀਆ ਮੁੱਦਾ ਉਠਾਇਆ ਵੀਰ ਨੇ। ਮੈਂ ਬਹੁਤ ਸਹਿਮਤ ਹਾਂ, ਸਾਡਾ ਚੈਨਲ ਇਹਨਾਂ ਦੇ ਨਾਲ ਖੜ੍ਹਾ ਹੇਅਰ ਰਿਕਾਰਡ, ਅਤੇ ਸਾਡੀ ਫੇਸਬੁੱਕ ਪੇਜ ਭੁਪਿੰਦਰ ਹੇਅਰ, ਜੋ ਕਿ ਖੁਦ ਮੈਂ ਨਾਲ ਖੜ੍ਹਾਂ ਜੀ, ਸ਼ੇਅਰ ਕਰਿਓ ਵੱਧ ਤੋਂ ਵੱਧ, ਅਤੇ ਬਹੁਤ ਵਧੀਆ ਲੱਗੀ ਜੀ। ਅਤੇ ਸਾਰੇ ਜਾਣੇ ਤਾੜੀਆਂ ਜ਼ਰੂਰ ਮਾਰ ਦਿਓ ਬਾਈ ਦੇ ਲਈ। ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਬਾਰੇ ਬੋਲਦੇ ਚੈਨਲ ਬਾਰੇ ਕੁਛ ਕਰੋ। ਹਾਂਜੀ ਬੋਲ ਦਿਓ, ਵਿੱਚ ਐਡ ਕਰ ਦਿਆਂਗੇ ਜੀ। ਬਾਈ ਜੀ ਅਸੀਂ ਭੁਪਿੰਦਰ ਹੇਅਰ ਦੇ ਬਹੁਤ ਧੰਨਵਾਦੀ ਹਾਂ, ਜੋ ਕਬੂਤਰਬਾਜ਼ੀ ਨੂੰ ਲੈ ਕੇ ਬਹੁਤ ਹੀ ਆਪਦਾ ਵਧੀਆ ਇੱਕ ਇਹਨਾਂ ਨੇ ਚੈਨਲ ਚਲਾਇਆ, ਅਤੇ ਬੜੇ ਹੀ ਸਭ ਦੇ ਮੁੱਦੇ ਲੈ ਕੇ ਅੱਗੇ ਆਉਂਦੇ ਨੇ। ਜਦੋਂ ਵੀ ਕਿਸੇ ਵੀ ਗੇਮ ਦਾ ਤਰ੍ਹਾਂ ਦੀ ਕੋਈ ਵੀ ਮੁੱਦਿਆਂ ਨੂੰ ਲੈ ਕੇ ਡਿਸਕਸ ਹੁੰਦੀ ਹੈ, ਉਹ ਗੇਮ ਹੌਲੀ ਹੌਲੀ ਬਹੁਤ ਹੀ ਤਰੱਕੀ 'ਤੇ ਅਤੇ ਕਲੀਅਰ ਹੋ ਜਾਂਦੀ ਹੈ ਵੀ ਇਸ ਤਰ੍ਹਾਂ ਇਹ ਰੂਲ ਹੈਗੇ ਆ, ਰੂਲ ਰੈਗੂਲੇਸ਼ਨ ਨਾਲ ਬਣ ਜਾਂਦੀ ਹੈ। ਇਸੇ ਗੱਲ ਕਰਕੇ ਹਰ ਇੱਕ ਗੇਮ ਦੀ ਚਰਚਾ ਹੋਣੀ ਅਤੇ ਚੈਨਲ ਥਰੂ ਹੋਣੀ ਇਹ ਬਹੁਤ ਜ਼ਰੂਰੀ ਹੈ। ਅਸੀਂ ਫੇਰ ਸਾਹਿਬ ਦੇ ਬਹੁਤ ਧੰਨਵਾਦੀ ਹਾਂ ਜਿਹੜਾ ਇਹਨਾਂ ਨੇ ਮੁੱਦਾ ਚੁੱਕਿਆ, ਅਤੇ ਸਾਰੇ ਹੀ ਕਬੂਤਰਬਾਜ਼ ਇਹਨਾਂ ਦੇ ਰਿਣੀ ਰਹਾਂਗੇ। ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਉਹ ਮੁੱਕਾ ਰਹੇਗੇ ਲੱਗੀ ਅੰਦਰ ਤੱਕ।